जलंधर दी चौंकी बस स्टैंड पुलिस ने दो चोरां नूं गिरफ्तार कर 7 टू व्हीलर वाहन बरामद कीते ने। इस संबंधी जानकारी दिंदे होए चौंकी इंचार्ज मेजर सिंह ने दस्सिया कि उन्होंने सत्तू चौंक ते नाका लगाया होया। इस दौरान एक ग्रीन कलर दी स्कूटरी ते दो नौजवान मॉडल टाउन वालों बस स्टैंड नूं आ रहे सन। उन्हां नूं रोक के जदों पुछगिछ कीती गई ਤਾਂ ਪਤਾ ਚੱਲਿਆ ਕਿ ਦੋਹਾਂ ਆਰੋਪੀਆਂ ਨੇ ਕੁਝ ਸਮੇਂ ਪਹਿਲਾਂ ਇਹ ਸਕੂਟਰੀ ਚੁਰਾਈ ਸੀ। ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਉਹਨਾਂ ਕੋਲੋਂ 3 ਮੋਟਰਸਾਈਕਲ ਅਤੇ 3 ਸਕੂਟਰੀਆਂ ਬਰਾਮਦ ਕੀਤੀਆਂ ਗਈਆਂ। ਫਿਲਹਾਲ ਪੁਲਿਸ ਵੱਲੋਂ ਆਰੋਪੀਆਂ ਨੂੰ ਅਦਾਲਤ 'ਚ ਪੇਸ਼ ਕਰ 1 ਦਿਨ ਦੀ ਰਿਮਾਂਡ ਹਾਸਲ ਕੀਤੀ ਗਈ ਹੈ। ਆਰੋਪੀ ਬੱਸ ਸਟੈਂਡ ਰੇਲਵੇ ਸਟੇਸ਼ਨ ਸ਼ਹਿਰ ਦੇ ਕਈ ਹੋਰ ਇਲਾਕਿਆਂ 'ਚੋਂ ਵਹੀਕਲ ਚੋਰੀ ਕਰਦੇ ਸਨ। ਦੋਵੇਂ ਆਰੋਪੀ ਯੂਪੀ ਦੇ ਰਹਿਣ ਵਾਲੇ ਹਨ। ਸਾਡੇ ਮਾਨਯੋਗ ਸੀਪੀ ਸਾਹਿਬ ਨੇ ਜੋ ਚੋਰਾਂ ਨੂੰ ਅਤੇ ਲੁੱਟਾਂ ਖੋਹਾਂ ਨੂੰ ਫੜਨਾ ਅਤੇ ਮੁਹਿੰਮ ਚਲਾਈ ਸੀ, ਉਹਦੇ ਸੰਬੰਧ 'ਚ ਅਸੀਂ ਸਤਲੁਜ ਚੌਂਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਅਤੇ ਸਤਲੁਜ ਚੌਂਕ ਦੇ ਵਿੱਚ ਹੀ ਇੱਕ ਸਕੂਟਰੀ ਗ੍ਰੇ ਰੰਗ ਦੀ ਮਾਡਲ ਟਾਊਨ ਸਾਈਡ ਵੱਲੋਂ ਆਈ, ਜਿਹਨੂੰ ਰੋਕਿਆ, ਜਿਹੜੀ ਵੇਖ ਕੇ ਸਾਨੂੰ ਪਿੱਛੇ ਨੂੰ ਭੱਜਣ ਲੱਗੇ, ਜਿਹਨੂੰ ਸਾਡੇ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ, ਜਿਨ੍ਹਾਂ ਨੂੰ ਉਹਦੇ ਸਕੂਟਰੀ ਦੇ ਪੇਪਰ ਦਿਖਾਉਣ ਵਾਸਤੇ ਕਿਹਾ ਪਰ ਉਹਨਾਂ ਨੇ ਆਪਣਾ ਕੋਈ ਵੀ ਪੇਪਰ ਨਹੀਂ ਦਿਖਾਇਆ। ਜਿਨ੍ਹਾਂ ਨੇ ਪੁੱਛਗਿੱਛ ਦੱਸਿਆ ਵੀ ਅਸੀਂ ਕੁਝ ਚਿਰ ਪਹਿਲਾਂ ਹੀ ਇਹ ਸਕੂਟਰੀ ਐਕਟਵਾ ਜਿਹੜੀ ਆ ਮਾਡਲ ਟਾਊਨ ਦੇ ਗੀਤਾ ਮੰਦਰ ਲਾਗੋਂ ਚੋਰੀ ਕੀਤੀ ਹੈ, ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 121 13/21 ਨੂੰ 389/411 ਦਰਜ ਕੀਤੇ, ਜਿਨ੍ਹਾਂ ਦੀ ਪੁੱਛਗਿੱਛ ਕਰਨ 'ਤੇ ਇਹਨਾਂ ਕੋਲੋਂ 3 ਸਕੂਟਰੀਆਂ 3 ਮੋਟਰਸਾਈਕਲ ਹੋਰ ਬਰਾਮਦ ਹੋਏ, ਜਿਨ੍ਹਾਂ ਕੋਲ ਟੋਟਲ 7 ਵਹੀਕਲ ਬਰਾਮਦ ਹੋਏ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਇਹਨਾਂ ਕੋਲ ਹੋਰ ਚੋਰੀ ਦੀਆਂ ਵਾਰਦਾਤਾਂ ਅਤੇ ਹੋਰ ਵਹੀਕਲਾਂ ਬਾਰੇ ਪੁੱਛਗਿੱਛ ਕਰਕੇ ਵਿਸਤਾਰ ਨਾਲ ਹੋਰ ਇਹਨਾਂ ਦੀ ਤਫਤੀਸ਼ ਕੀਤੀ ਜਾਊ। ਅਤੇ ਸਰ ਪਤਾ ਲੱਗੇ ਕਿ ਇਹਨਾਂ ਨੇ ਜਿਹੜੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਦਿੱਤਾ? ਇਹਨਾਂ ਨੇ ਜਿੱਦਾਂ ਬੱਸ ਸਟੈਂਡ ਦੇ ਲਾਗੋਂ, ਕੁਛ ਨਰਿੰਦਰ ਸਿਨਮਾ ਕੋਲ, BMC ਚੌਂਕ, ਜੋਤੀ ਚੌਂਕ, ਰੇਲਵੇ ਸਟੇਸ਼ਨ, ਵੱਖ ਵੱਖ ਥਾਵਾਂ ਤੋਂ ਇਹਨਾਂ ਨੇ ਵਹੀਕਲ ਚੋਰੀ ਕੀਤੀ। ਸਰ ਵਿਅਕਤੀ ਰਹਿਣ ਵਾਲੇ ਕਿੱਥੇ ਦੇ ਨੇ? ਇਹ ਵੈਸੇ ਲੋਕਲ ਤੇ ਇੱਥੇ ਆਪਣਾ ਕੀ ਨਾ ਤਹਿਸੀਲ ਦੇ ਲਾਗੇ ਰਹਿੰਦੇ ਆ, ਵੈਸੇ ਪਿੱਛੋਂ ਯੂਪੀ ਦੇ ਰਹਿਣ ਵਾਲੇ ਦੋਨੇ। ਕੀ ਨਾਮ ਹੈ ਸਰ ਇਹਨਾਂ ਦੇ? ਇਹਨਾਂ 'ਚ ਇੱਕ ਦਾ ਨਾਂ ਰਣਜੀਤ ਪਾਸਵਾਨ ਆ, ਦੂਜੇ ਦਾ ਨਾਮ ਮਹੇਸ਼ ਪਾਂਡੇ ਆ। ਜਿਹੜਾ ਰਣਜੀਤ ਪਾਸਵਾਨ ਆ ਇੱਥੇ ਪਹਿਲਾਂ 2 ਪਰਚੇ ਦਰਜੇ ਆ, ਜਿਹੜਾ ਮਹੇਸ਼ ਪਾਂਡੇ ਆ ਇੱਥੇ ਪਹਿਲਾਂ 6 ਪਰਚੇ ਚੋਰੀ ਦੇ ਦਰਜੇ। ਹੁਣ ਆਪਣੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਇਹਨਾਂ ਦੇ ਹੁਣ ਪਰਚਾ ਦਰਜ ਕਰਕੇ ਇਹਨਾਂ ਦੀਆਂ ਰਿਕਵਰੀਆਂ ਕਰਾ ਕੇ ਕੋਰਟ 'ਚ ਪੇਸ਼ ਕਰ ਦਿੱਤੇ, ਹੁਣ ਅੱਗੇ ਫਿਰ ਹੋਰ ਇਹਨਾਂ ਕੋਲ ਪੁੱਛਗਿੱਛ ਕਰਕੇ ਹੋਰ ਚੋਰੀ ਦੀਆਂ ਵਾਰਦਾਤਾਂ ਬਾਰੇ ਪਤਾ ਕੀਤਾ ਜਾਏ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਹੁਣ ਸਮੱਸਿਆ ਭਾਵੇਂ ਕੋਈ ਵੀ ਹੋਵੇ, ਇੱਧਰ ਉੱਧਰ ਨਾ ਘੁੰਮੋ, ਕਿਉਂਕਿ ਤੰਤਰ ਮੰਤਰ ਦੇ ਸਮਰਾਟ ਮੀਆਂ ਫਰਹਾਨ ਜੀ ਮੋਗੇ ਵਾਲੇ ਕਰਨਗੇ ਹਰ ਸਮੱਸਿਆ ਦਾ ਸਮਾਧਾਨ। ਹਰ ਇੱਕ ਕੰਮ ਦੀ ਗਰੰਟੀ ਸਟਾਂਪ ਪੇਪਰ ਤੇ ਲਿਖ ਕੇ ਲਓ। ਹੁਣ ਤੱਕ ਲੱਖਾਂ ਹੀ ਲੋਕ ਫਾਇਦਾ ਉਠਾ ਚੁੱਕੇ ਹਨ, ਤੁਸੀਂ ਵੀ ਵੇਖੋ ਚਮਤਕਾਰ। ਤੁਸੀਂ ਰੋਂਦੇ ਹੋਏ ਆਓਗੇ ਤੇ ਹੱਸਦੇ ਹੋ ਜਾਓਗੇ। ਪਰੇਸ਼ਾਨੀ ਭਾਵੇਂ ਕਿੱਡੀ ਵੀ ਹੋਵੇ, ਜਿਵੇਂ ਸੌਂਕਣ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਵਿੱਚ ਅਣਬਣ, ਔਲਾਦ ਦਾ ਕਹਿਣ ਤੋਂ ਬਾਹਰ ਹੋਣਾ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲੰਬੀ ਬਿਮਾਰੀ ਤੋਂ ਛੁਟਕਾਰਾ ਪਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਪ੍ਰੇਮ ਵਿਆਹ ਜਾਂ ਫਿਰ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਮਨਾਉਣਾ, ਆਪਣੇ ਪਤੀ ਬੇਟੇ ਜਾਂ ਭਰਾ ਨੂੰ ਨਸ਼ਾ ਛਡਾਉਣਾ, ਲੋਟਰੀ ਸੱਟੇ ਦਾ ਨੰਬਰ, ਘਰ ਵਿੱਚ ਖੂਨ ਦੇ ਛੁੱਟੇ ਆਉਣਾ ਅਤੇ ਜਾਦੂ ਟੂਣੇ ਤੋਂ ਇਲਾਵਾ ਕਾਰੋਬਾਰ ਵਿੱਚ ਆ ਰਹੀਆਂ ਪਰੇਸ਼ਾਨੀਆਂ ਜਾਂ ਫਿਰ ਘਰੇਲੂ ਝਗੜੇ ਵਰਗੀਆਂ A to Z ਸਮੱਸਿਆਵਾਂ ਦਾ ਹੱਲ ਤੁਰੰਤ ਕੀਤਾ ਜਾਂਦਾ ਹੈ। ਮੀਆਂ ਜੀ ਕਹਿੰਦੇ ਨਹੀਂ, ਕਰਕੇ ਵਿਖਾਉਂਦੇ ਹਨ। ਸਾਡੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 11 ਲੱਖ ਦਾ ਇਨਾਮ। ਸਾਰੀਆਂ ਥਾਵਾਂ ਤੋਂ ਧੱਕੇ ਖਾ ਕੇ ਅੱਕ ਚੁੱਕੇ ਲੋਕ ਇੱਕ ਵਾਰ ਫੋਨ ਜ਼ਰੂਰ ਕਰਨ। ਇੱਕ ਫੋਨ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ, ਤਾਂ ਫਿਰ ਦੇਰ ਕਿਉਂ? ਹੁਣੇ ਕਾਲ ਕਰੋ 96460-00540।